ਬਾਈ ਅੱਜ ਆਪਾਂ ਆਪਣੇ ਕੰਮਾਂ ਕਾਰਾਂ 'ਚੋਂ ਟਾਈਮ ਟੂਮ ਕੱਢ ਕੇ ਪਿੰਡ ਘੁੰਮਣ ਜਾਣਾ ਅਤੇ ਪਿੰਡ ਤੁਹਾਨੂੰ ਪਤਾ ਹੀ ਆ ਜਿੱਥੇ ਕਿ ਪੁਰਾਣੀਆਂ ਬਿਲਡਿੰਗਾਂ ਘਰ ਅਤੇ ਗੇਟ ਵਗੈਰਾ ਬਣੇ ਹੋਣ ਉਹ ਪਿੰਡ ਕਿੰਨੇ ਸੋਹਣੇ ਲੱਗਦੇ ਆ ਅਤੇ ਇਹ ਪਿੰਡ 'ਚ ਵੀ ਇੱਦਾਂ ਹੀ ਕੁਛ ਪੁਰਾਣਾ ਬਹੁਤ ਚੀਜ਼ਾਂ ਬਣੀਆਂ ਹੋਈਆਂ ਸੀ ਅਤੇ ਇਹ ਆ ਪਿੰਡ ਦਾ ਮੇਨ ਗੇਟ ਜਿੱਥੇ ਸਾਰੀ ਸ਼ਾਮ ਨੂੰ ਸੱਥ ਪੈਂਦੀ ਹੈ ਇਕੱਠੀ ਅਤੇ ਪੰਛੀ ਵੀ ਬਹੁਤ ਬੈਠੇ ਸੀ ਇੱਥੇ ਅਤੇ ਆਪਾਂ ਹੁਣ ਪਿੰਡ ਘੁੰਮਦੇ ਘੁੰਮਦੇ ਅੱਗੇ ਗਲੀਆਂ 'ਚ ਵੜ ਜਾਣਾ ਵਾ ਅਤੇ ਇੱਦਾਂ ਦੀਆਂ ਬੀਹੀਆਂ ਤਾਂ ਅੱਜ ਕੱਲ੍ਹ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਛੋਟੀਆਂ ਛੋਟੀਆਂ ਤੰਗ ਜਿਹੀਆਂ ਬੀਹੀਆਂ ਹੁਣ ਤਾਂ ਖੁੱਲ੍ਹੀਆਂ ਖੁੱਲ੍ਹੀਆਂ ਬੀਹੀਆਂ ਰਹਿ ਗਈਆਂ ਕੋਈ ਕੋਈ ਪਿੰਡ 'ਚ ਇੱਦਾਂ ਦੀ ਬੀਹੀ ਮਿਲਦੀ ਆ ਅਤੇ ਘੁੰਮਦੇ ਘੁੰਮਾਉਂਦੇ ਆਪਾਂ ਨੂੰ ਲੱਗੀ ਆ ਭੁੱਖ ਅਤੇ ਆਪਾਂ ਇੱਕ ਸੋਹਣੀ ਜਿਹੀ ਜਗ੍ਹਾ ਲੱਭ ਕੇ ਪਿੱਪਲ ਦੀ ਛਾਂ ਹੇਠ ਸੂਏ ਦੇ ਕਿਨਾਰੇ ਇੱਥੇ ਬਹਿ ਕੇ ਹੁਣ ਆਪਾਂ ਖਾਵਾਂਗੇ ਰੋਟੀ ਘਰ ਦੀ ਬਣੀ ਹੋਈ ਮੰਮੀ ਨੇ ਪਾ ਕੇ ਭੇਜੀ ਅਤੇ ਆਪਾਂ ਰੋਟੀ ਬਹਿ ਕੇ ਇੱਥੇ ਇਕੱਠਿਆਂ ਨੇ ਖਾਧੀ ਅਤੇ ਸਾਨੂੰ ਭੁੱਖਿਆਂ ਨੂੰ ਦੇ ਕੇ ਆ ਕੁੱਤੇ ਨੂੰ ਵੀ ਭੁੱਖ ਲੱਗਿਆ ਜੀ ਇਹ ਪਤੰਦਰ ਕਹਿੰਦਾ ਕਹਿੰਦਾ ਮੈਂ ਵੀ ਨਾਲ ਖਾਊਂ ਤੁਹਾਡੇ ਰੋਟੀ ਮੈਂ ਕਿਹਾ ਲੈ ਫਿਰ ਆ ਜਾ ਤੂੰ ਵੀ ਫੜ ਰੋਟੀ ਤੂੰ ਕੀ ਯਾਦ ਰੱਖੇਗਾ ਇਹਨੂੰ ਵੀ ਬੁਰਕੀ ਪਾਈ ਫਿਰ ਇਹਨੇ ਬੁਰਕੀ ਖਾਣ ਤੋਂ ਬਾਅਦ ਤਾਂ ਸਾਡੀ ਸਾਰੀ ਰੋਟੀ ਖਾ ਗਿਆ ਪਤੰਦਰ ਸਾਰੀ ਸਬਜ਼ੀ ਖਾ ਗਿਆ ਇਹ ਊਂ ਕੁੱਤੇ ਖਾਂਦੇ ਨਹੀਂ ਹੁੰਦੇ ਕੁਛ ਇਹ ਸ਼ੌਕੀਨ ਸਾਰਾ ਕੁਛ ਖਾ ਗਿਆ ਫਿਰ ਹੌਲੀ ਹੌਲੀ ਆਪਾਂ ਫਿਰ ਪਿੰਡ ਘੁੰਮਣ ਚਲੇ ਗਏ ਅਤੇ ਇੱਧਰ ਆਪਾਂ ਕਿਸੇ ਘਰ ਪਹੁੰਚੇ ਜਿੱਥੇ ਮੱਝਾਂ ਗਾਵਾਂ ਰੱਖੀ ਹੋਈਆਂ ਸੀ ਅਤੇ ਇਹਨਾਂ ਦੇ ਰੱਖੇ ਹੋਏ ਸੀ ਮੇਮਣੇ ਸੋਹਣੇ ਸੋਹਣੇ ਕਾਲੇ ਚਿੱਟੇ ਰੰਗ ਦੇ ਪਹਿਲਾਂ ਤਾਂ ਮੈਨੂੰ ਦੇਖ ਕੇ ਮੇਰੇ ਕੋਲ ਆ ਗਏ ਯਾਰ ਮੈਂ ਇਹਨਾਂ ਦੇ ਕੋਲ ਗਿਆ ਮੈਨੂੰ ਦੇਖ ਕੇ ਭੱਜ ਗਏ ਉਹ ਲੈ ਲੈ ਕਹਿੰਦਾ ਮੈਂ ਨਹੀਂ ਆਉਣਾ ਤੇਰੇ ਕੋਲ ਇਹ ਵੀ ਫਿਰ ਪੂੰਛ ਜੀ ਦਿਖਾਉਣ ਲੱਗ ਗਏ ਮੈਂ ਕਿਹਾ ਚਲੋ ਫਿਰ ਚੱਲੀਏ ਅੱਗੇ ਅੱਗੇ ਬਾਬਾ ਜੀ ਬੈਠੇ ਧੁੱਪ 'ਚ ਨਜ਼ਾਰੇ ਨਾਲ ਗੰਨਾ ਚੂਪ ਰਹੇ ਸੀ ਅਤੇ ਆਪਾਂ ਵੀ ਫਿਰ ਦੇਖ ਕੇ ਬਾਬਾ ਜੀ ਨੂੰ ਚਲੇ ਗਏ ਆਪਣੇ ਘਰਾਂ ਵੱਲ ਨੂੰ ਅਤੇ ਬੱਚੇ ਸਕੂਲੋਂ ਵਾਪਸ ਆ ਰਹੇ ਸੀਗੇ ਅਤੇ ਆਪਣਾ ਵੀ ਬਚਪਨ ਯਾਦ ਆ ਗਿਆ ਪਿੰਡਾਂ 'ਚ ਸਕੂਨ ਅਤੇ ਐਸ਼ ਪਿੰਡਾਂ 'ਚ ਦੇਖਣ ਨੂੰ ਮਿਲਦਾ ਅਤੇ ਭਾਈ ਖੇਤਾਂ ਦੇ ਆਲੇ ਦੁਆਲੇ ਵਿੱਚ ਦੀ ਬਾਬਾ ਜੀ ਰੇੜਾ ਲੈ ਕੇ ਜਾ ਰਹੇ ਸੀ ਅਤੇ ਨਜ਼ਾਰਾ ਆ ਗਿਆ ਬਾਈ ਪਿੰਡ ਘੁੰਮ ਕੇ ਇੱਦਾਂ ਦੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਅਤੇ ਮਿਲਦੇ ਤੁਹਾਨੂੰ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।